ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੂਕੇ ਦੇ ਪਹਿਲੇ ਸਿੱਖ ਦਸਤਾਰਤਾਰੀ ਐਮਪੀ ਤਨਮਨ ਸਿੰਘ ਢੇਸੀ ਦੇ ਨਾਲ ਮੁਲਾਕਾਤ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ। ਬੀਜੇਪੀ ਲੀਡਰ ਅਤੇ ਸਾਬਕਾ ਫੌਜ ਮੁਖੀ ਜਨਰਲ ਜੇ ਜੇ ਸਿੰਘ ਨੇ ਇਸ ਮਿਲਣੀ ਦੇ ਉੱਤੇ ਇਸ ਮੁਲਾਕਾਤ ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਦਾ ਸਟੈਂਡ ਹਮੇਸ਼ਾ ਭਾਰਤ ਵਿਰੋਧੀ ਰਿਹਾ ਹੈ, ਵੱਖਵਾਦੀਆਂ ਦਾ ਉਹ ਸਮਰਥਕ ਰਿਹਾ ਹੈ। ਤਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨਾਲ ਕਿਉਂ ਗੱਲਬਾਤ ਕੀਤੀ ਤੇ ਜੇ ਗੱਲਬਾਤ ਹੋਈ ਹੈ ਤਾਂ ਕੀ ਹੋਈ ਹੈ? ਉਸਦੇ ਵੇਰਵੇ ਸਾਂਝੇ ਕੀਤੇ ਜਾਣੇ ਚਾਹੀਦੇ ਨੇ ਜਨਰਲ ਜੇ ਜੇ ਸਿੰਘ ਦੇ ਇਹਨਾਂ ਸਵਾਲਾਂ ਤੋਂ ਬਾਅਦ ਆਮ ਆਦਮੀ ਪਾਰਟੀ ਤਨਮਨਜੀਤ ਸਿੰਘ ਢੇਸੀ ਦੇ ਹੱਕ ਵਿੱਚ ਆ ਖੜੀ ਹੋਈ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜੇ ਜੇ ਸਾਬਕਾ ਫੌਜ ਮੁਖੀ ਦੇ ਤੌਰ ਤੇ ਨਹੀਂ ਬਲਕਿ ਬੀਜੇਪੀ ਦੇ ਬੁਲਾਰੇ ਦੇ ਨਾਤੇ ਵਜੋਂ ਬੋਲ ਰਹੇ ਨੇ ਤੇ ਭਾਜਪਾ ਦੀ ਇੱਕੋ ਹੀ ਥਿਉਰੀ ਹੈ ਜੋ ਬੀਜੇਪੀ ਦੇ ਹੱਕ ਵਿੱਚ ਨਹੀਂ ਬੋਲਦਾ ਉਹ ਐਂਟੀ ਨੈਸ਼ਨਲ ਹੈ ਕਾਂਗਰਸ ਨੇ ਸਿੱਧਾ ਪੱਖ ਲੈਂਦੇ ਕਿਹਾ ਕਿ ਢੇਸੀ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਬਰਤਾਨੀਆਂ ਦੀ ਪਾਰਲੀਮੈਂਟ ਵਿੱਚ ਕਿਸੇ ਵੀ ਮੁਲਕ ਨੂੰ ਲੈ ਕੇ ਕੀ ਗੱਲ ਕਰਦੇ ਨੇ ਉਹ ਇੱਕ ਵੱਖਰੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮਿਲਣ ਦਾ ਉਹਨਾਂ ਦਾ ਇਕ ਹੀ ਮਕਸਦ ਸੀ ਪੰਜਾਬ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਨੂੰ ਭਵਿੱਖ ਦੇ ਵਿੱਚ ਪੰਜਾਬ ਸਰਕਾਰ ਕਿਸ ਸੰਜੀਦਗੀ ਦੇ ਨਾਲ ਲੈ ਰਹੀ ਹੈ ਪੰਜਾਬ ਸਰਕਾਰ ਦਾ ਐਨਆਰਆਈਸ ਦੇ ਮਸਲੇ ਹੱਲ ਕਰਨ ਦਾ ਕੀ ਵਿਜ਼ਨ ਹੈ ਭਾਜਪਾ ਕਹਿੰਦੇ ਗਲਤ ਸਿਆਸਤ ਕਰ ਰਹੀ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਲੀਡਰ ਤੇ ਬੁਲਾਰੇ ਨੀਲ ਗਰਗ ਨੇ ਵੀ ਭਾਜਪਾ ਅਤੇ ਤ ਮਨਜੀਤ ਸਿੰਘ ਢੇਸੀ ਦੀਆਂ ਪੁਰਾਣੀਆਂ ਤਸਵੀਰਾਂ ਕੱਢ ਲਿਆਂਦੀਆਂ ਨੇ ਸੋਸ਼ਲ ਮੀਡੀਆ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀਆਂ ਨੇ ਨੀਲ ਗਰਗ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਹੋਰ ਕਈ ਕੇਂਦਰੀ ਮੰਤਰੀਆਂ ਦੇ ਨਾਲ ਢੇਸੀ ਦੀਆਂ ਤਸਵੀਰਾਂ ਜਨਤਕ ਕੀਤੀਆਂ ਨੇ ਤੇ ਨਾਲ ਹੀ ਲਿਖਿਆ ਬੀਜੇਪੀ ਦਾ 도ਗਲਾ ਚਿਹਰਾ ਮੁੱਖ ਮੰਤਰੀ ਭਗਵੰਤ ਮਾਨ ਯੂਕੇ ਦੇ ਐਮਪੀ ਢੇਸੀ ਨੂੰ ਮਿਲਣ ਤਾਂ ਗਲਤ ਹੈ ਬੀਜੇਪੀ ਦੇ ਮੰਤਰੀ ਮਿਲਣ ਤਾਂ ਠੀਕ ਵਾਹ ਬਈ ਵਾਹ ਇਸ ਮਸਲੇ ਦੇ ਵਿੱਚ ਬੀਜੇਪੀ ਦੇ ਪੰਜਾਬ ਤੋਂ ਲੀਡਰ ਹਰਜੀਤ ਸਿੰਘ ਗਰੇਵਾਲ ਕੁਦੜਨਾ ਇਹ ਤਾਂ ਹੋ ਨਹੀਂ ਸਕਦਾ ਗਰੇਵਾਲ ਨੇ ਕਿਹਾ ਕਿ ਨੀਲ ਗਰਗ ਦੇ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਬਿਲਕੁਲ ਠੀਕ ਨੇ ਅਸੀਂ ਇਨਕਾਰ ਨਹੀਂ ਕਰਦੇ ਪਰ ਜਦੋਂ ਢੇਸੀ ਨੀ ਦੇਸ਼ ਦੇ ਖਿਲਾਫ ਸਟੈਂਡ ਲਿਆ ਉਸ ਤੋਂ ਬਾਅਦ ਢੇਸੀ ਨੂੰ ਸਾਡਾ ਕੋਈ ਵੀ ਲੀਡਰ ਨਹੀਂ ਮਿਲਿਆ ਕੈਪਟਨ ਮਨਿੰਦਰ ਸਿੰਘ ਵੀ ਇਸ ਮਾਮਲੇ 'ਚ ਬਹੁਤ ਸਖਤ ਨੇ ਕਹਿੰਦੇ ਇਸੇ ਕਰਕੇ ਤਾਂ ਉਹ ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਨੂੰ ਉਸ ਵਕਤ ਨਹੀਂ ਮਿਲੇ ਸੀ ਕਿਉਂਕਿ ਸੱਜਣ ਸਿੰਘ ਖਾਲਸਤਾਨੀਆਂ ਨਾਲ ਸਬੰਧ ਰੱਖਦੇ ਸੀ ਹਾਲਾਂਕਿ ਉਹ ਵਕਤ ਵੀ ਤੁਹਾਨੂੰ ਯਾਦ ਕਰਵਾ ਦਿੰਦੇ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਮੰਤਰੀ ਸੱਜਣ ਸਿੰਘ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਿਲੇ ਸੀ ਤਾਂ ਜਸਟਿਨ ਟਰੂਡੋ ਨੇ ਆਪਣੇ ਨਾਲੋਂ ਪਹਿਲਾਂ ਰੱਖਿਆ ਮੰਤਰੀ ਸੱਜਣ ਸਿੰਘ ਨੂੰ ਖੜਾ ਕੀਤਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਜਣ ਸਿੰਘ ਦੇ ਨਾਲ ਹੱਥ ਮਿਲਾਉਣਾ ਪਿਆ ਸੀ ਸੋ ਇਹ ਸਾਰੇ ਮੁੱਦੇ ਦੇ ਦਰਮਿਆਨ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਤਰਮਨਜੀਤ ਸਿੰਘ ਟੀਸੀ ਨੇ ਭਾਜਪਾ ਨੂੰ ਜਵਾਬ ਦਿੱਤਾ ਹੈ ਕਹਿੰਦੇ ਮੈਂ ਕਦੇ ਵੀ ਕੋਈ ਦੇਸ਼ ਵਿਰੋਧੀ ਗੱਲ ਨਹੀਂ ਕੀਤੀ ਸ਼ਰਾਰਤੀ ਲੋਕ ਬੇਵਜ੍ਹਾ ਮੁੱਦਾ ਬਣਾ ਰਹੇ ਨੇ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਲਿਆਸੀ ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇਗੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ ਮੈਂ ਉਸ ਦੇ ਖਿਲਾਫ ਸਟੈਂਡ ਲਵਾਗਾ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਮੈਂ ਹਮੇਸ਼ਾ ਖੜਾ ਹੋਵਾਂਗਾ ਉਹਨਾਂ ਨੇ ਕਿਹਾ ਕਿ ਜੋ ਵੀ ਮੈਂ ਬਿਆਨ ਦਿੰਦਾ ਹਾਂ ਸਾਰੇ ਸੋਸ਼ਲ ਮੀਡੀਆ ਤੇ ਨੇ ਕੱਢ ਕੇ ਤੁਸੀਂ ਦੇਖ ਸਕਦੇ ਹੋ ਮੇਰੇ ਕਿਸੇ ਨੇ ਬਿਨਾਂ ਵਜ੍ਹਾ ਸ਼ਿਕਾਇਤ ਕੀਤੀ ਹੈ ਕਿ ਮੈਂ ਐਂਟੀ ਨੈਸ਼ਨਲ ਹਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਕਈ ਲੋਕਾਂ ਨੇ ਅਤਵਾਦੀ ਵੱਖਵਾਦੀ ਕਿਹਾ ਸੀ ਇਸੇ ਤਰ੍ਹਾਂ ਦੇ ਮੇਰੇ ਤੇ ਵੀ ਇਲਜ਼ਾਮ ਲੱਗ ਰਹੇ ਨੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ 2020 ਦੇ ਵਿੱਚ ਨਾ ਉਹ ਕਿਸੇ ਰੈਲੀ ਦੇ ਵਿੱਚ ਗਏ ਨਾ ਹੀ ਉਹਨਾਂ ਨੇ ਕੋਈ ਐਂਟੀ ਇੰਡੀਆ ਭਾਸ਼ਣ ਦਿੱਤਾ ਤੇ ਇਸ ਨੇ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਜਿਹੜੀ ਸਲਾਹ ਹੈ ਉਹ ਵੀ ਦਿੰਦੀ ਹੈ